ਵਾਲੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਲੋਕ ਸਭਾ ਚੋਣਾਂ ਵਿਚ ਜਗਬੀਰ ਬਾਦਲ ਨੇ ਇਤਿਹਾਸ ਸਿਰਜ ਕੇ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ 1,97,008 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਹੈ। ਇੱਥੇ ਇਹ ਵੀ ਦੱਸ ਦਈਏ ਕਿ ਲੋਕ ਸਭਾ ਚੋਣਾਂ ਵਿਚ ਸੂਬੇ ਭਰ ਵਿਚੋਂ ਸੁਖਬੀਰ ਬਾਦਲ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਸੁਖਬੀਰ ਬਾਦਲ ਨੇ ਕਿਹਾ, ਫਿਰੋਜ਼ਪੁਰ ਦੀ ਜਨਤਾ ਦਾ ਸ਼ੁਕਰਾਨਾ ਜਿਹੜਾ ਉਹਨਾਂ ਨੇ ਸਾਡੇ ਉੱਤੇ ਵਿਸ਼ਵਾਸ ਰੱਖਿਆ। ਕਾਂਗਰਸ ਦਾ ਮਿਸ਼ਨ ਤੇਰਾ ਫੇਲ ਹੋ ਗਿਆ। ਜਿਹੜੇ ਲੋਕ ਬਾਦਲ ਪਰਿਵਾਰ ਖਿਲਾਫ ਬਿਆਨ ਦਿੰਦੇ ਸਨ, ਲੋਕਾਂ ਨੇ ਉਹਨਾਂ ਨੂੰ ਸੰਦੇਸ਼ ਦੇ ਦਿੱਤਾ ਹੈ। ਤੇ ਮੈਂ ਹਰ ਦਫ਼ਤਰ ਜਾ ਕੇ ਹਰ ਹਲਕੇ ਜਾ ਰਿਹਾ, ਤੋ ਅੱਜ ਕਾਹਲੀ ਹੈ ਕਿਉਂਕਿ ਫਿਰੋਜ਼ਪੁਰ ਮੈਂ ਇਹਦੇ ਬਾਅਦ ਹੋਰ ਮੀਟਿੰਗ ਕਰਨੀ ਹੈ, ਫਿਰ ਫਾਜ਼ਿਲਕਾ, ਫਿਰ ਪੱਲੂਆਣਾ, ਫਿਰ ਗੁਰੂ ਅਰਸਾ ਹੈ, ਐਂ ਕਰਦੇ ਜਾਣਾ। ਤੋ ਮੈਂ ਜਲਦੀ ਹੀ ਆਪਾਂ ਪ੍ਰੋਗਰਾਮ ਪਿੰਡਾਂ ਦਾ ਬਣਾਵਾਂਗੇ ਸਾਰੇ ਪੱਲੂਆਣਾ ਹਲਕੇ ਦਾ। ਦਿਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਕਮਾਲ ਕਰਤੀ ਹੈ, ਹਨੇਰੀ ਲਿਆ ਦਿੱਤੀ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਿਆ ਹੈ। ਬਠਿੰਡਾ ਵਿਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਇਤਿਹਾਸ ਸਿਰਜ ਕੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਰਾ ਕੇ ਤੀਜੀ ਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਜਿੱਥੇ ਵੋਟਰਾਂ ਦਾ ਧੰਨਵਾਦ ਕੀਤਾ, ਉੱਥੇ ਕਿਹਾ ਕਿ ਉਹਨਾਂ ਤੇ ਪਰਮਾਤਮਾ ਦੀ ਕਿਰਪਾ ਹੋਈ। ਸੂਬੇ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਨੇ ਉਹਨਾਂ ਨੂੰ ਹਰਾਉਣ ਲਈ ਪੂਰਾ ਜ਼ੋਰ ਲਗਾਇਆ ਸੀ, ਪਰ ਪਰਮਾਤਮਾ ਨੇ ਸਾਡਾ ਸਾਥ ਦਿੱਤਾ ਅਤੇ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਮੋਦੀ ਸਰਕਾਰ ਨੂੰ ਵਧਾਈ ਦਿੱਤੀ, ਉਹਨਾਂ ਨੂੰ ਸਭ ਦਾ ਸਾਥ, ਸਭ ਦਾ ਵਿਸ਼ਵਾਸ ਮਿਲਿਆ। ਸੁਖਬੀਰ ਬਾਦਲ ਨੇ ਕਿਹਾ, ਜਾਖੜ ਨੂੰ ਬਹੁਤ ਹੰਕਾਰ ਸੀ, ਪਹਿਲਾਂ 2 ਲੱਖ ਨਾਲ ਜਿੱਤਿਆ ਸੀ ਤੇ ਹੁਣ 1 ਲੱਖ ਨਾਲ ਹਾਰ ਗਿਆ। ਹਰਸਿਮਰਤ ਕੌਰ ਬਾਦਲ ਨੇ ਇਹ ਟਵੀਟ ਕੀਤਾ। ਨਿਰਗੁਣ ਰੱਖ ਲਿਆ ਸੰਤਨ ਕਾ ਸਦਕਾ, ਸਤਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ, ਜਿਸ ਗੁਰੂ ਸਾਹਿਬ ਨੇ ਉਹਨਾਂ ਸਾਰੇ ਨਿੰਦਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ, ਜਿਨ੍ਹਾਂ ਨੇ ਭੰਡੀ ਪ੍ਰਚਾਰ, ਝੂਠ, ਅਤੇ ਜਿਵੇਂ ਕਹਿ ਸਕਦਾ ਕਿ ਜੇ ਸਾਡੀ ਬੇਨਤੀ ਸੀ ਕਿ ਭੰਡੀ ਪ੍ਰਚਾਰ ਅਤੇ ਗੁਰੂ ਸਾਹਿਬ ਦੇ ਉੱਤੇ ਝੂਠਾ ਪ੍ਰਚਾਰ ਕਰਨ ਵਾਲਿਆਂ ਦਾ ਕੱਖ ਨਾ ਰਹੇ, ਅਤੇ ਪੂਰਾ ਜ਼ੋਰ ਜ਼ਬਰ ਲਾ ਕੇ ਜਿਨ੍ਹਾਂ ਦੇ ਖਿਲਾਫ਼ ਸਭ ਤੋਂ ਵੱਧ ਪ੍ਰਚਾਰ ਕੀਤਾ ਸੀ, ਗੁਰੂ ਸਾਹਿਬ ਨੇ ਉੱਥੇ ਹੀ ਇਹਨਾਂ ਦਾ ਕੱਖ ਨਹੀਂ ਰਹਿਣ ਦਿੱਤਾ। ਸੋ ਅਗਾਂਹ ਵੀ ਬਾਕੀ ਵੀ ਮੈਂ ਉਮੀਦ ਕਰਦੀ ਹਾਂ ਕਿ ਆਉਣ ਵਾਲੇ ਟਾਈਮ 'ਚ ਵੀ ਇਹਨਾਂ ਦਾ ਕੱਖ ਨਾ ਰਹੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇੱਥੇ ਬਠਿੰਡਾ ਸੀਟ 'ਚ ਪੂਰਾ ਜ਼ੋਰ ਲਾਇਆ ਹੋਇਆ ਸੀਗਾ। ਪ੍ਰਸ਼ਾਸਨ, ਪੁਲਿਸ ਤਾਂ ਐਂ ਕੰਮ ਕਰ ਰਹੀ ਸੀਗੀ ਜਿਵੇਂ ਇਹਨਾਂ ਦੇ ਵਰਕਰ ਹੁੰਦੇ ਨੇ, ਇਹਨਾਂ ਦੇ ਏਜੰਟ ਹੁੰਦੇ ਨੇ, ਸਾਰੇ ਛੋਟੇ ਵਰਕਰਾਂ ਨੂੰ, MCs ਨੂੰ, ਸਰਪੰਚਾਂ ਨੂੰ ਡਰਾ ਧਮਕਾ ਕੇ, ਪਰਚੇ ਕਰਕੇ, ਕਿਡਨੈਪ ਕਰਕੇ, ਮਾਰ ਕੁੱਟ ਕਰਕੇ, ਗੋਲੀਆਂ ਤਾਂ ਹੀ ਚਲਾ ਕੇ, ਮੈਂ ਤਾਂ ਦਾਤ ਦਿੰਦੀ ਹਾਂ ਆਪਣੇ ਸਾਰੇ ਵਰਕਰਾਂ ਦੀ, ਕਿਉਂਕਿ ਇਹ ਜਿੱਤ ਉਹਨਾਂ ਦੀ ਹੈ ਜਿਹੜਾ ਛੋਟਾ ਵਰਕਰ ਇੰਨੀ ਵੱਡੀ ਸਰਕਾਰ ਦਾ ਸਾਹਮਣਾ ਕਰਕੇ ਬਿਨਾਂ ਡਰੇ ਜੀ ਤੋੜ ਮਿਹਨਤ ਕਰਕੇ ਉਹਨਾਂ ਨੇ ਇਹ ਲੀਡ, ਜਿਹੜੀ ਲੀਡ ਸਾਨੂੰ ਆਪਣੇ ਸਰਕਾਰ ਦੇ ਵੇਲੇ ਨਹੀਂ ਆਈ ਸੀ, ਅੱਜ ਆਪੋਜੀਸ਼ਨ ਹੋਣ ਦੇ ਨਾਤੇ ਪੂਰਾ ਜ਼ੋਰ ਜ਼ਬਰਦਸਤ ਫਿਰ ਵੀ ਸਾਹਮਣਾ ਕਰਕੇ ਲੜਾਈ ਲੜੀ। ਮੈਂ ਉਹਨਾਂ ਦਾ ਕੋਟਾਨ ਕੋਟ ਧੰਨਵਾਦ ਕਰਦੀ ਹਾਂ ਅਤੇ ਉਹਨਾਂ ਵੋਟਰਾਂ ਦਾ ਜਿਨ੍ਹਾਂ ਨੇ ਬਠਿੰਡੇ ਦੀ ਏਜੰਡਾ ਨੂੰ ਅੱਗੇ ਲਿਜਾਣ ਵਾਸਤੇ, ਵਿਕਾਸ ਨੂੰ ਅੱਗੇ ਲਿਜਾਣ ਵਾਸਤੇ ਅਤੇ ਝੂਠ, ਫਰੇਬ ਅਤੇ ਭੰਡੀ ਪ੍ਰਚਾਰ ਨੂੰ ਨਿਕਾਰਨ ਵਾਸਤੇ ਆਪਣਾ ਫਤਵਾ ਸੁਣਾਇਆ। ਵਿਦੇਸ਼ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ? ਕੀ ਤੁਹਾਨੂੰ ਇੰਗਲਿਸ਼ ਬੋਲਣ 'ਚ ਪਰੇਸ਼ਾਨੀ ਹੋ ਰਹੀ ਹੈ? ਤਾਂ ਅੱਜ ਹੀ ਜੁਆਇਨ ਕਰੋ ਲਰਨਿੰਗ ਪੁਆਇੰਟ ਆਈਲੈਟਸ ਐਂਡ ਇਮੀਗ੍ਰੇਸ਼ਨ ਇੰਸਟੀਟਿਊਟ ਅਤੇ ਪੜ੍ਹੋ ਆਸਟ੍ਰੇਲੀਆ ਦੀਆਂ ਟੌਪ ਯੂਨੀਵਰਸਿਟੀਜ਼ ਵਿੱਚ ਵਿਦ 6 ਓਵਰਆਲ ਬੈਂਡ ਦੇ ਨਾਲ, ਅਤੇ ਭਰੋ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ, ਐਡਵਾਂਸ ਓਨਲੀ ਐਂਬੈਸੀ ਫੀਸ ਤੇ 6 ਤੋਂ 8 ਬੈਂਡ ਦੀ ਗਾਰੰਟੀ, ਬੈਂਡ ਨਾ ਆਉਣ ਤੇ ਪੂਰੀ ਫੀਸ ਵਾਪਿਸ। ਦੈਨ ਵਿਜ਼ਿਟ ਟੂ ਲਰਨਿੰਗ ਪੁਆਇੰਟ ਇੰਸਟੀਟਿਊਟ, ਬੈਂਕ ਬਾਜ਼ਾਰ ਓਪੋਜ਼ਿਟ HDFC ਬੈਂਕ ਰਾਮਪੁਰਾ ਫੂਲ ਐਂਡ ਬਰਨਾਲਾ ਰੋਡ ਨੀਅਰ ਪੰਜਾਬ ਐਂਡ ਸਿੰਧ ਬੈਂਕ ਬਿਲਾਸਪੁਰ। ਹੋਰ ਜਾਣਕਾਰੀ ਲਈ ਸੰਪਰਕ ਕਰੋ ਰਾਮਪੁਰਾ ਫੂਲ ਦੇ ਨੰਬਰ 9517190016 ਅਤੇ ਬਿਲਾਸਪੁਰ ਦੇ ਨੰਬਰ 8559040004 ਤੇ। ਖੁਸ਼ਖਬਰੀ, 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 ਹੁਣ ਤੁਹਾਨੂੰ ਬਠਿੰਡਾ ਜਾਂ ਦੂਰ ਦੁਰਾਡੇ ਜਾਣ ਦੀ ਜ਼ਰੂਰਤ ਨਹੀਂ। ਤੁਹਾਡੇ ਆਪਣੇ ਸ਼ਹਿਰ ਰਾਮਪੁਰਾ ਫੂਲ 'ਚ ਖੁੱਲ ਗਿਆ ਹੈ ਸਿੱਧੂ ਫਲੈਕਸ। ਹਰ ਤਰ੍ਹਾਂ ਦੇ ਫਲੈਕਸ ਪ੍ਰਿੰਟਿੰਗ, ਵਿਜ਼ਿਟਿੰਗ ਕਾਰਡ ਅਤੇ ਲੈਟਰ ਪੈਡ ਬਣਾਉਣ ਲਈ ਵਧੀਆ ਕੁਆਲਿਟੀ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ। ਘੱਟ ਰੇਟ ਤੇ ਵਧੀਆ ਫਲੈਕਸ ਬਣਾਉਣ ਲਈ ਅਤੇ ਫਲੈਕਸ ਹੋਲਡਿੰਗ ਲਗਵਾਉਣ ਲਈ ਅੱਜ ਹੀ ਵਿਜ਼ਿਟ ਕਰੋ ਸਿੱਧੂ ਫਲੈਕਸ, ਗਊਸ਼ਾਲਾ ਮਾਰਕੀਟ ਨੀਅਰ ਪੋਸਟ ਆਫਿਸ, ਰਾਮਪੁਰਾ ਫੂਲ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9217621000 ਤੇ। ਪੰਜਾਬ ਦੀਆਂ 8 ਲੋਕ ਸਭਾ ਸੀਟਾਂ ਤੇ ਜਿੱਤ ਹੁੰਦੀ ਦੇਖ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਦਾ ਧੰਨਵਾਦ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਾਸੀਆਂ ਨੇ ਕਾਂਗਰਸ ਤੇ ਭਰੋਸਾ ਦਿਖਾਇਆ ਹੈ ਉਹ ਜਨਤਾ ਦਾ ਧੰਨਵਾਦ ਕਰਦੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਪਟਿਆਲਾ ਸੀਟ ਤੇ ਪਤਨੀ ਪਰਨੀਤ ਕੌਰ ਨੂੰ ਜਿਤਾਉਣ ਲਈ ਵੀ ਪਟਿਆਲਾ ਵਾਸੀਆਂ ਦਾ ਧੰਨਵਾਦ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਪਟਿਆਲਾ ਸੀਟ ਕੈਪਟਨ ਅਮਰਿੰਦਰ ਸਿੰਘ ਲਈ ਮੁੱਚਦਾ ਸਵਾਲ ਬਣੀ ਹੋਈ ਸੀ। ਜੇਕਰ ਪਰਨੀਤ ਕੌਰ ਇਥੋਂ ਹਾਰ ਜਾਂਦੇ ਤਾਂ ਇਸ ਨਾਲ ਕੈਪਟਨ ਤੇ ਸਵਾਲ ਉੱਠਣੇ ਵੀ ਸੁਭਾਵਿਕ ਸਨ। ਇਸ ਦੇ ਨਾਲ ਹੀ ਮੁੱਖ ਮੰਤਰੀ ਗੁਰਦਾਸਪੁਰ ਸੀਟ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਹਾਰ ਤੇ ਦੁੱਖ ਜ਼ਾਹਰ ਕੀਤਾ ਹੈ। ਗੱਲ ਤਾਂ ਆਪਣੇ ਸਾਰੇ ਸਾਥੀਆਂ ਦਾ, ਮਿਨਿਸਟਰ, MLAs, MPs, ਸਾਡੇ ਪਾਰਟੀ ਦੇ ਉੱਘੇ ਜਿਹੜੇ ਨੇਤਾ ਨੇ, ਨਾਲੇ ਵਰਕਰਸ, ਯੂਥ ਕਾਂਗਰਸ ਦੇ ਸਾਰੇ ਹੀ ਔਰ NSUI ਦੇ ਸਾਰੇ, ਮੇਰੇ ਖਿਆਲ ਇੱਕ ਬੰਦਾ ਨਹੀਂ ਰਿਹਾ ਜਿਨ੍ਹਾਂ ਨੇ ਸਾਡੀ ਮਦਦ ਨਹੀਂ ਕੀਤੀ, ਔਰ ਮੈਂ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਬਹੁਤ। ਔਰ ਸਭ ਤੋਂ ਵੱਧ ਚੜ੍ਹ ਕੇ ਪੰਜਾਬੀਆਂ ਦਾ, ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਹੈ ਔਰ ਇੰਨੀ ਸਾਨੂੰ ਅੱਛੀ ਜਿੱਤ ਪ੍ਰਾਪਤ ਕੀਤੀ ਹੈ ਇੱਥੇ ਪੰਜਾਬ ਦੇ ਵਿੱਚ। ਆਈ ਐਮ ਵੈਰੀ ਗ੍ਰੇਟਫੁਲ ਟੂ। ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਨੂੰ ਵੋਟਰਾਂ ਨੇ ਦੱਬ ਕੇ ਫਤਵਾ ਦਿੱਤਾ। ਭਗਵੰਤ ਮਾਨ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਇੱਕ ਗਾਣਾ ਦੱਬ ਕੇ ਚਲਾਇਆ, ਨੀ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ, ਲੋਕਾਂ ਦੇ ਦਿਲਾਂ ਚ ਵਸਦਾ ਗੱਭਰੂ ਨਿਕਲਦਾ ਕਿੱਥੇ ਆ। ਸੰਗਰੂਰ ਦੇ ਸੱਥਾਂ ਅਤੇ ਗਲੀਆਂ ਵਿੱਚ ਮਾਨ ਦੀ ਗੱਡੀ ਉੱਤੇ ਰੱਖੇ ਸਪੀਕਰ ਵਿੱਚ ਲਗਾਤਾਰ ਇਹੀ ਗਾਣਾ ਵੱਜਦਾ ਵੇਖਿਆ ਗਿਆ। ਸੰਗਰੂਰ ਲੋਕ ਸਭਾ ਸੀਟ ਦੇ ਆਏ ਨਤੀਜਿਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਸੰਗਰੂਰ 'ਚ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਝਾੜੂ ਨਾਲ ਵਿਰੋਧੀਆਂ ਨੂੰ ਹੂੰਝ ਕੇ ਰੱਖ ਦਿੱਤਾ ਹੈ। ਸੰਗਰੂਰ ਤੋਂ ਭਗਵੰਤ ਮਾਨ ਨੇ 1,00,000 ਵੋਟਾਂ ਦੇ ਅੰਤਰ ਨਾਲ ਵੱਡੀ ਜਿੱਤ ਪ੍ਰਾਪਤ ਕੀਤੀ। ਇੱਥੇ ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਅਤੇ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਨਾਲ ਸੀ। ਲੋਕ ਮੁਝੇ ਕਹਿ ਰਹੇ ਥੇ ਕਿ ਹਮੇ ਆਪਕੀ ਪਰਫਾਰਮੈਂਸ ਅੱਛੀ ਲੱਗੀ ਹੈ, ਤੋ ਉਹਨੇ ਮੁਝੇ ਦੁਬਾਰਾ ਭੇਜਾ ਹੈ, ਮੈਂ ਦੁਬਾਰਾ ਜਾ ਕੇ ਬਿਲਕੁਲ ਉਸੀ ਜਨੂਨ ਸੇ ਕਾਮ ਕਰੂੰਗਾ। ਲੋਕੋ ਨੇ ਹਰਾਇਆ, ਮੈਨੇ ਨਹੀਂ ਹਰਾਇਆ, ਮੇਰਾ ਤੋ ਨਾਮ ਹੈ, ਲੋਕੋ ਨੇ ਹਰਾਇਆ। ਕੇਵਲ ਢਿੱਲੋਂ ਬੜੀ ਆਪਣੀ ਜੀਤ ਕੀ ਦਾਵਾ ਕਰਤੇ ਥੇ, ਆਪ ਯਹਾਂ ਪੇ ਸੁਬਹ ਸੇ ਦਿਖਾਈ ਵੀ ਨਹੀਂ ਦੇ ਰਹੇ। ਕਿਸ ਮੂੰਹ ਸੇ ਲੋਕੋ ਕਾ ਸਾਹਮਣਾ ਕਰੇਂਗੇ? ਮਾਨ ਸਾਹਿਬ, ਪੂਰੇ ਦੇਸ਼ ਕੀ ਬਾਤ ਕੀ ਜਾਏ, ਮੋਦੀ ਕੀ ਲਹਿਰ ਕਰ ਰਹੀ ਹੈ, ਲੇਕਿਨ ਆਮ ਆਦਮੀ ਪਾਰਟੀ ਕੋ ਸਿਰਫ ਇੱਕ ਸੀਟ ਮਿਲੀ ਹੈ ਸੰਗਰੂਰ ਦੀ। ਪਹਿਲੇ ਵੀ ਸੰਗਰੂਰ ਸੇ ਆਮ ਆਦਮੀ ਪਾਰਟੀ ਕੀ ਜੋ ਬਚੀ ਥੀ, ਆਮ ਆਦਮੀ ਪਾਰਟੀ ਕੀ। ਦੇਖਿਏ, ਸਭ ਸੇ ਪਹਿਲੇ ਤੋ ਜੋ ਮੇਰੇ ਖਿਲਾਫ ਬੋਲਨੇ ਵਾਲੇ, ਮੇਰੇ ਵਿਰੁੱਧ ਕੂੜ ਪ੍ਰਚਾਰ ਕਰਨੇ ਵਾਲੇ, ਇਹ ਸੁਖਪਾਲ ਖਹਿਰਾ ਜ਼ਮਾਨਤ ਜ਼ਬਤ, ਠੀਕ ਹੈ, ਇਹ ਦੱਸੀ ਜਸਰਾਜ ਜ਼ਮਾਨਤ ਜ਼ਬਤ, ਠੀਕ ਹੈ, ਸਿਮਰਜੀਤ ਬੈਂਸ ਹਾਰ ਗਏ, ਤੋ ਅਬ ਕਮ ਸੇ ਕਮ ਇਨ ਲੋਕੋਂ ਕੋ ਨੇ ਇਹ ਬਤਾ ਦਿਆ ਕਿ ਇਹ ਲੋਕ ਜੋ ਹੈ ਇਹ ਤਿਕੜਮਬਾਜ਼ੀਆਂ ਕਰਤੇ ਹੈ, ਮੈਂ ਯਹਾਂ ਸੇ ਖੜਾ ਹੋ ਜਾਤਾ ਹੂੰ, ਤੁਮ ਜੀਤ ਜਾਓ, ਮੈਂ ਇਤਨੀ ਵੋਟ ਕਾਟ ਦੂੰਗਾ, ਯੇ ਕਰ ਦੂੰਗਾ। ਅਬ ਮੈਂ ਇਨਕੋ ਕਹੂੰਗਾ ਕਿ ਅਬ ਮੇਰੀ ਆਲੋਚਨਾ ਕਰਨੇ ਮੇਂ ਸਮੇਂ ਬਰਬਾਦ ਮਤ ਕਰੇਂ, ਮੁਝੇ ਕਾਮ ਕਰਨੇ ਦੇ। ਜਾਖੜ ਵੀ ਹਾਰ ਗਏ, ਜਾਖੜ ਵੀ ਹਾਰ ਗਏ ਜੀ, ਪ੍ਰਧਾਨ ਹਾਰ ਗਿਆ ਕਾਂਗਰਸ ਦਾ। ਸਰ, ਆਮ ਆਦਮੀ ਪਾਰਟੀ ਦਿੱਲੀ ਮੇਂ ਬੜਾ ਕਾਮ ਕੀਆ ਥਾ, ਉਸਕਾ ਪ੍ਰਚਾਰ ਵੀ ਹੋ ਰਹਾ, ਲੇਕਿਨ ਵਹਾਂ ਪਰ ਕੋਈ ਸੀਟ ਨਹੀਂ ਮਿਲੀ, ਉਸਕਾ ਕਿਆ? ਦਿੱਲੀ ਮੇਂ ਤੋ ਪਹਿਲੇ ਵੀ ਭੇਜੇ ਸੀ, 14 ਮੇਂ ਵੀ ਹੋਇਆ ਥਾ, ਸਾਥ ਕੇ ਸਾਥ ਉਨਕੇ ਥੇ, 15 ਮੇਂ 67 ਹਮਾਰੇ ਥੇ, ਐਸੀ ਐਸੀ ਅਬ ਹੋਗਾ। ਦਿੱਲੀ ਕੇ ਲੋਕ ਜੋ ਹੈ ਵੋ ਚਾਹਤੇ ਹੈ ਕਿ ਉੱਪਰ ਮੋਦੀ ਹੋ ਔਰ ਨੀਚੇ ਸਰਕਾਰ। ਸਾਰਾ ਟਾਰਗੇਟ ਤੁਸੀਂ ਸੀ, ਭਗਵੰਤ ਮਾਨ ਨੂੰ ਹਰਾਉਣਾ ਹੈ, ਹੁਣ ਤੁਸੀਂ। ਤੋ ਫਿਰ ਟਾਰਗੇਟ ਪੂਰਾ ਹੋ ਗਿਆ ਮੇਰਾ, ਮੇਰਾ ਟਾਰਗੇਟ ਥਾ ਕਿ ਮੈਨੇ ਜਿੱਤਣਾ ਹੈ। ਪੰਜਾਬ ਮੇਂ ਕੈਸੀ ਆਪ ਤਿਆਰੀ ਕੈਸੀ ਹੋਗੀ, ਪੂਰੀ ਆਮ ਆਦਮੀ ਪਾਰਟੀ ਆਪਕੇ ਸਿਰ ਪਰ ਹੈ? ਦੇਖਤੇ ਜਾਓ ਆਪ ਕੈਸੇ ਹੋਤਾ ਹੈ, 2022 ਕੀ ਤਿਆਰੀ ਕਰੇਂਗੇ ਆਜ ਸੇ। ਚੋਣਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ 'ਚ ਮੁਹੰਮਦ ਸਦੀਕ ਨੇ ਇਤਿਹਾਸ ਸਿਰਜ ਕੇ ਸ਼੍ਰੋਮਣੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਦੱਸ ਦਈਏ ਕਿ ਲੋਕ ਸਭਾ ਚੋਣਾਂ 'ਚ ਸੂਬੇ ਭਰ 'ਚੋਂ ਮੁਹੰਮਦ ਸਦੀਕ ਦੀ ਸਭ ਤੋਂ ਵੱਡੀ ਜਿੱਤ ਹੈ। ਦੱਸ ਦਈਏ ਕਿ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਪਾਰਟੀ ਵੱਲੋਂ ਮੁਹੰਮਦ ਸਦੀਕ, ਅਕਾਲੀ ਭਾਜਪਾ ਵੱਲੋਂ ਗੁਲਜ਼ਾਰ ਸਿੰਘ ਰਣੀਕੇ ਅਤੇ ਆਮ ਆਦਮੀ ਪਾਰਟੀ ਵੱਲੋਂ ਪ੍ਰੋਫੈਸਰ ਸਾਧੂ ਸਿੰਘ ਅਤੇ PTA ਵੱਲੋਂ ਮਾਸਟਰ ਬਲਦੇਵ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ। ਇਹ ਜਿੱਤ ਜੀ ਇਤਿਹਾਸਿਕ ਜਿੱਤ ਹੈ, ਸੱਚੀ ਗੱਲ ਤਾਂ ਇਹ ਹੈ, 25-26 ਸਾਲ ਪਿੱਛੋਂ ਫਰੀਦਕੋਟ ਦੇ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ। ਇਹ ਮਹਾਰਾਜਾ ਅਮਰਿੰਦਰ ਸਿੰਘ ਜੀ ਦੀ ਜਿੱਤ ਹੈ, ਕਾਂਗਰਸ ਪਾਰਟੀ ਦੀ ਜਿੱਤ ਹੈ, ਕਾਂਗਰਸ ਹਾਈਕਮਾਂਡ ਦੀ ਜਿੱਤ ਹੈ, ਔਰ ਮੇਰੇ ਸਾਥੀਆਂ ਦੀ ਜਿੱਤ ਹੈ ਜਿਨ੍ਹਾਂ ਨੇ ਦਿਨ ਰਾਤ
ਲੱਗ ਕੇ ਇਸ ਜਿੱਤ ਨੂੰ ਪ੍ਰਾਪਤ ਕੀਤਾ। ਜਿੱਤ ਦਾ ਸਿਆਰਾ ਮੇਰੇ ਸਿਰ 'ਤੇ ਵੱਜਿਆ। ਵੱਡੀ ਲੀਡ ਨਾਲ ਜਿੱਤੇ ਹੋ, ਚਿਹਰੇ 'ਤੇ ਖੁਸ਼ੀ ਵੀ ਹੋਊਗੀ, ਕੋਈ ਦੋ ਲਫ਼ਜ਼ ਗਾ ਕੇ ਸੁਣਾਓ। ਦੇਖੋ ਮੇਰੀ ਗੱਲ ਸੁਣੋ, ਮੈਂ ਇਸ ਵੇਲੇ ਗਾਉਣ ਦਾ ਸਮਾਂ ਨਹੀਂ ਹੈ, ਗਾਣਾ ਗਾਣੇ ਵੇਲੇ ਗਾਇਆ ਜਾਂਦਾ। ਇਸ ਵੇਲੇ ਜਿੱਤ ਦੀ ਖੁਸ਼ੀ ਮਨਾਈ ਜਾ ਰਹੀ ਹੈ। ਮੈਂ ਸਮਝਦਾ ਵੀ ਜੋ ਮੇਰੇ ਦਿਲ ਦੇ ਵਿੱਚ ਹੈਗਾ ਇਸ ਵੇਲੇ ਉਹਦੇ ਵਿੱਚ ਮੈਂ ਗਾ ਕੇ ਕੁਛ ਆਪ ਜੀ ਨੂੰ ਦੱਸ ਨਹੀਂ ਸਕਦਾ। ਮੈਂ ਜ਼ਬਾਨੋ ਜ਼ਬਾਨੀ ਕਹਿ ਸਕਦਾ ਵੀ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੈ। ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਮੇਰੇ ਵਰਗੇ ਗਰੀਬ ਬੰਦੇ ਦਾ ਪਹੁੰਚਣਾ ਇਹ ਕੈਪਟਨ ਮਹਾਰਾਜਾ ਅਮਰਿੰਦਰ ਸਿੰਘ ਜੀ ਦੀ ਮਿਹਰਬਾਨੀ ਹੈ ਔਰ ਇਹ ਮੇਰੇ ਸਾਥੀਆਂ ਦੀ ਮਿਹਰਬਾਨੀ ਹੈ। 19 ਮਈ ਨੂੰ ਪਈਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਲੋਕ ਸਭਾ ਚੋਣਾਂ 'ਚ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਇਤਿਹਾਸ ਸਿਰਜ ਕੇ ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਪੁਰੀ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਦੱਸ ਦਈਏ ਕਿ ਲੋਕ ਸਭਾ ਚੋਣਾਂ 'ਚ ਸੂਬੇ ਭਰ 'ਚੋਂ ਗੁਰਜੀਤ ਸਿੰਘ ਔਜਲਾ ਦੀ ਇਹ ਸਭ ਤੋਂ ਵੱਡੀ ਜਿੱਤ ਹੈ। ਦੱਸ ਦਈਏ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਵੱਲੋਂ ਗੁਰਜੀਤ ਸਿੰਘ ਔਜਲਾ, ਅਕਾਲੀ ਭਾਜਪਾ ਵੱਲੋਂ ਹਰਦੀਪ ਸਿੰਘ ਪੁਰੀ, ਆਮ ਆਦਮੀ ਪਾਰਟੀ ਵੱਲੋਂ ਕੁਲਦੀਪ ਧਾਰੀਵਾਲ ਤੇ ਪੀਡੀਏ ਵੱਲੋਂ ਜਸਵਿੰਦਰ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ। ਕੀ ਤੁਸੀਂ ਵਿਦੇਸ਼ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹੋ? ਕੀ ਤੁਹਾਨੂੰ ਇੰਗਲਿਸ਼ ਬੋਲਣ 'ਚ ਪਰੇਸ਼ਾਨੀ ਹੋ ਰਹੀ ਹੈ? ਤਾਂ ਅੱਜ ਹੀ ਜੁਆਇਨ ਕਰੋ ਲਰਨਿੰਗ ਪੁਆਇੰਟ ਆਈਲੈਟਸ ਐਂਡ ਇਮੀਗ੍ਰੇਸ਼ਨ ਇੰਸਟੀਟਿਊਟ ਅਤੇ ਪੜ੍ਹੋ ਆਸਟ੍ਰੇਲੀਆ ਦੀਆਂ ਟੌਪ ਯੂਨੀਵਰਸਿਟੀਜ਼ ਵਿੱਚ ਵਿਦ 6 ਓਵਰਆਲ ਬੈਂਡ ਦੇ ਨਾਲ ਅਤੇ ਭਰੋ ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਐਡਵਾਂਸ ਓਨਲੀ ਐਮਬੈਸੀ ਫੀਸ ਤੇ 6 to 8 ਬੈਂਡ ਦੀ ਗਾਰੰਟੀ, ਬੈਂਡ ਨਾ ਆਉਣ ਤੇ ਪੂਰੀ ਫੀਸ ਵਾਪਿਸ। ਦੈਨ ਵਿਜ਼ਿਟ ਟੂ ਲਰਨਿੰਗ ਪੁਆਇੰਟ ਇੰਸਟੀਟਿਊਟ, ਬੈਂਕ ਬਾਜ਼ਾਰ ਓਪੋਜ਼ਿਟ HDFC ਬੈਂਕ ਰਾਮਪੁਰਾ ਫੂਲ ਐਂਡ ਬਰਨਾਲਾ ਰੋਡ ਨੀਅਰ ਪੰਜਾਬ ਐਂਡ ਸਿੰਧ ਬੈਂਕ ਬਿਲਾਸਪੁਰ। ਹੋਰ ਜਾਣਕਾਰੀ ਲਈ ਸੰਪਰਕ ਕਰੋ ਰਾਮਪੁਰਾ ਫੂਲ ਦੇ ਨੰਬਰ 9517190016 ਅਤੇ ਬਿਲਾਸਪੁਰ ਦੇ ਨੰਬਰ 8559040004 ਤੇ। ਖੁਸ਼ਖਬਰੀ, 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 ਹੁਣ ਤੁਹਾਨੂੰ ਬਠਿੰਡਾ ਜਾਂ ਦੂਰ ਦੁਰਾਡੇ ਜਾਣ ਦੀ ਜ਼ਰੂਰਤ ਨਹੀਂ। ਤੁਹਾਡੇ ਆਪਣੇ ਸ਼ਹਿਰ ਰਾਮਪੁਰਾ ਫੂਲ 'ਚ ਖੁੱਲ ਗਿਆ ਹੈ ਸਿੱਧੂ ਫਲੈਕਸ। ਹਰ ਤਰ੍ਹਾਂ ਦੇ ਫਲੈਕਸ ਪ੍ਰਿੰਟਿੰਗ, ਵਿਜ਼ਿਟਿੰਗ ਕਾਰਡ ਅਤੇ ਲੈਟਰ ਪੈਡ ਬਣਾਉਣ ਲਈ ਵਧੀਆ ਕੁਆਲਿਟੀ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਨ। ਘੱਟ ਰੇਟ ਤੇ ਵਧੀਆ ਫਲੈਕਸ ਬਣਾਉਣ ਲਈ ਅਤੇ ਫਲੈਕਸ ਹੋਲਡਿੰਗ ਲਗਵਾਉਣ ਲਈ ਅੱਜ ਹੀ ਵਿਜ਼ਿਟ ਕਰੋ ਸਿੱਧੂ ਫਲੈਕਸ, ਗਊਸ਼ਾਲਾ ਮਾਰਕੀਟ ਨੀਅਰ ਪੋਸਟ ਆਫਿਸ, ਰਾਮਪੁਰਾ ਫੂਲ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9217621000 ਤੇ। You are watching NC7 News. To give advertisement for flash ad, video ad and paid stories on this channel, contact us on 9855858559.